ਤੇ ਮੈਂ ਮਮਤਾ ਤੁਹਾਡੇ ਨਾਲ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਚੰਡੀਗੜ੍ਹ 43 ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਜੀ ਹਾਂ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਚੰਡੀਗੜ੍ਹ 43 ਦੇ ਜਿੱਥੇ ਕਿ ਜੁਡੀਸ਼ੀਅਲ ਕੰਪਲੈਕਸ ਹੈ ਕੋਰਟ ਹੈ ਉੱਥੇ ਹੀ ਉਸ ਦੇ ਬਿਲਕੁਲ ਸਾਹਮਣੇ ਸੈਕਟਰ 43 ਬੱਸ ਸਟੈਂਡ ਹੈ ਤਾਂ ਉੱਥੇ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਇਲਾਕਾ ਜਿਹੜਾ ਸੀਲ ਕਰ ਦਿੱਤਾ ਗਿਆ ਹੈ ਹਾਲਾਂਕਿ ਮੌਕੇ ਤੇ ਰੈਸਕਿਊ ਟੀਮਾਂ ਵੀ ਪਹੁੰਚੀਆਂ ਨੇ ਪਰ ਬੇਹੱਦ ਅਹਿਮ ਤੇ ਵੱਡੀ ਖਬਰ ਹੈ ਇਸ ਵੇਲੇ ਦੀ ਕਿਉਂਕਿ ਗੱਲ ਕੀਤੀ ਜਾਵੇ ਤਾਂ 2 ਦਿਨਾਂ ਬਾਅਦ 26 ਜਨਵਰੀ ਹੈ ਤਾਂ 26 ਜਨਵਰੀ ਨੂੰ ਲੈ ਕੇ ਹਾਲਾਂਕਿ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੀਆਂ ਤਿਆਰੀਆਂ ਵਿੱਢੀਆਂ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਪਬਲਿਕ ਪਲੇਸਿਸ ਹੁੰਦੀਆਂ ਨੇ ਪਹਿਲਾਂ ਤੋਂ ਹੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਪਰ ਅਜਿਹੇ ਦੇ ਵਿੱਚ ਇਸ ਤਰੀਕੇ ਦੇ ਨਾਲ ਸੈਕਟਰ 43 ਦੇ ਵਿੱਚ ਬੰਬ ਮਿਲਣ ਦੀ ਸੂਚਨਾ ਬੇਹੱਦ ਅਹਿਮ ਹੋ ਜਾਂਦੀ ਹੈ ਗੱਲ ਕੀਤੀ ਜਾਵੇ ਸੈਕਟਰ 43 ਜਿੱਥੇ ਕਿ ਬੱਸ ਸਟੈਂਡ ਹੈ ਜਿੱਥੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਨੇ ਬਹੁਤ ਸਾਰੇ ਲੋਕ ਉੱਥੇ ਠਹਿਰੇ ਵੀ ਹੁੰਦੇ ਨੇ ਉੱਥੇ ਹੀ ਸਾਹਮਣੇ ਉਸਦੇ ਕੋਰਟ ਕੰਪਲੈਕਸ ਹੈ ਤੇ ਕੋਰਟ ਜਿਹੜਾ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਹਾਲਾਂਕਿ ਮੌਕੇ ਦੇ ਉੱਤੇ ਬੰਬ ਸਕੁਐਡ ਟੀਮਾਂ ਡੌਗ ਸਕੁਐਡ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਪੰਜਾਬ ਤੋਂ ਵੀ ਤਾਂ ਹੋਰ ਵੱਖ ਵੱਖ ਥਾਵਾਂ ਤੋਂ ਟੀਮਾਂ ਜ਼ਰੂਰ ਪਹੁੰਚ ਚੁੱਕੀਆਂ ਨੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਉਸ ਵੇਲੇ ਨਜ਼ਰ ਆ ਰਿਹਾ ਹੈ ਤੇ ਇਸੇ ਦੇ ਵਿੱਚ ਜ਼ਿਕਰਯੋਗ ਇਹ ਵੀ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਨਾ ਹੋਵੇ ਪਰ ਵੱਡੀ ਖਬਰ ਜ਼ਰੂਰ ਹੈ ਇਸ ਵੇਲੇ ਦੀ ਕਿਉਂਕਿ ਗੱਲ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਬੰਬ ਦੀ ਸੂਚਨਾ ਪ੍ਰਾਪਤ ਹੋਣਾ ਤੇ ਉਸ ਤੋਂ ਬਾਅਦ ਤਲਾਸ਼ੀ ਮੁਹਿੰਮ ਸਟਾਰਟ ਕਰ ਦੇਣਾ ਹਾਲਾਂਕਿ ਅਜਿਹਾ ਵੀ ਹੋ ਸਕਦਾ ਹੈ ਕਿ ਸਿਰਫ ਦਹਿਸ਼ਤ ਫੈਲਾਉਣ ਦੇ ਲਈ ਇਹ ਜਿਹੀ ਕਾਲ ਆਈ ਹੋਵੇ ਤਾਂ ਅਟਾਰਨੀ ਨੂੰ ਹੀ ਕਾਲ ਆਉਂਦੀ ਹੈ ਜਿਸ ਤੋਂ ਬਾਅਦ ਇੱਕ ਲੈਟਰ ਵੀ ਮਿਲਦੀ ਹੈ सूचित किया जाता है जिस तो बाद ये सब कुछ फटाफट जिहड़ा सर्च अभियान शुरू कर दिता जाता है तो सर्च अभियान जिथे कह सकते हैं शुरू किया गया है उत्थे ही तस्वीर थोड़े नाल साझियां कर रहे हैं स्काई न्यूज़ पंजाब के जरिए तुसीं ये तस्वीर देख रहे हो स्क्रीन के उत्ते जो तस्वीर ने सैक्टर 43 दी मौके दी तस्वीर थोड़े नाल साझियां कर रहे हैं जिथे कि कोर्ट कंपलैक्स जिहड़ा खाली करवा दिता गया है तो चंडीगढ़ 43 दी तस्वीर ने सैक्टर 43 ये तस्वीर जिथे कि जिहड़ी कोर्ट आ पूरी तरह खाली करवा दी है सब नू बाहर कढ़ दिता गया है तलाशी मुहिम जिहड़ी आ शुरू कर दी गई है चंगी तरीके दे नाल तलाशी लई जा रही है चैकिंग की जा रही है गल की जाए बेहद अहम ते चिंता का विषय जरूर है अजिहे वेले दे उत्ते अजिही सूचना मिलना गल की जाए बीते कुछ दिन पहला भी इसे तरीके दे नाल बंब मिले सी उह बंब जिहड़ा मिलिया सी पंजाब दे मुख्यमंत्री दा हैलीपैड जिथे खड़ा हुंदा है उत्थे मिलदा है उत्थे ही सैक्रेटरीएट लागे हुंदा जिथे कि वड्डे सरकारी अफसर जिहड़े ने ਜਾਂ ਫਿਰ ਮੰਤਰੀ ਜਿਹੜੇ ਨੇ ਬੈਠ ਕੇ ਕੰਮਕਾਜ ਕਰਦੇ ਨੇ ਤਾਂ ਉਸ ਵੇਲੇ ਵੀ ਸਹਿਮ ਦਾ ਮਾਹੌਲ ਜ਼ਰੂਰ ਬਣਿਆ ਹੁੰਦਾ ਤਾਂ ਜਿੰਦਾ ਬੰਬ ਸ਼ੈਲ ਮਿਲਿਆ ਸੀ ਉੱਥੇ ਪਰ ਉੱਥੇ ਹੀ ਹੁਣ 26 ਜਨਵਰੀ ਤੋਂ ਪਹਿਲਾਂ ਅਜਿਹਾ ਕੁਝ ਹੋਣਾ ਜਾਂ ਫਿਰ ਅਜਿਹੀ ਸੂਚਨਾ ਮਿਲਣਾ ਬੇਹੱਦ ਅਹਿਮ ਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਓਰਟੀ ਨਹੀਂ ਹੈ ਕਿ ਅਜਿਹਾ ਕੁਝ ਹੈ ਪਰ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਹਿ ਸਕਦੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਤਾਂ ਸਰਚ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਪੂਰੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਵੱਡੇ ਪੱਧਰ ਦੇ ਉੱਤੇ ਇਸ ਨੂੰ ਲੈ ਕੇ ਟੀਮਾਂ ਪਹੁੰਚ ਚੁੱਕੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੈਕਟਰ 43 ਜਿੱਥੇ ਕਿ ਕੋਰਟ ਹੈ ਹਾਲਾਂਕਿ ਸੂਚਨਾ ਜਿਹੜੀ ਦਿੱਤੀ ਗਈ ਸੀ ਇਹ ਦਿੱਤੀ ਗਈ ਸੀ ਕਿ ਜੁਡੀਸ਼ੀਅਲ ਕੋਰਟ ਕੰਪਲੈਕਸ ਜਿਹੜੇ ਨੇ ਨਿਸ਼ਾਨਿਤ ਹੋਣਗੇ ਤੇ ਜਿਹੇ ਦੇ ਵਿੱਚ ਪੰਚਕੂਲਾ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੀ ਕੋਰਟ ਹੈ ਇਸ ਤੋਂ ਇਲਾਵਾ ਮੋਹਾਲੀ ਕੋਰਟ ਪਰ ਜਿਹੜਾ 43 ਦੀ ਇਹ ਕੋਰਟ ਹੈ ਇਸ ਨੂੰ ਖਾਲੀ ਕੀਤਾ ਗਿਆ ਹੈ ਤੇ ਇਸ ਨੂੰ ਲੈ ਕੇ ਹੋਰ ਵੱਡੇ ਐਕਸ਼ਨ ਜ਼ਰੂਰ ਲੈ ਗਏ ਨੇ ਤਾਂ ਵੱਡੀਆਂ ਟੀਮਾਂ ਪਹੁੰਚ ਗਈਆਂ ਨੇ ਜਿੰਨੇ ਵੀ ਉੱਥੇ ਵੱਡੇ ਵਕੀਲ ਹੁੰਦੇ ਨੇ ਵੱਡੇ ਪੱਧਰ ਦੇ ਵਕੀਲ ਜਾਂ ਫਿਰ ਉੱਥੇ ਕੰਮਕਾਜ ਕਰਨ ਵਾਲੇ ਜਿਹੜੇ ਲੋਕ ਨੇ ਜਾਂ ਫਿਰ ਜਿਹੜੇ ਕੰਮ ਕਰਾਉਣ ਆਏ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਹੈਰਾਨੀ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਐਕਸਕਲੂਸਿਵ ਤਸਵੀਰਾਂ ਸਕਾਈ ਨਿਊਜ਼ ਪੰਜਾਬ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੈਕਟਰ 43 ਦੀਆਂ ਤਸਵੀਰਾਂ ਨੇ ਜਿੱਥੇ ਕਿ ਬੰਬ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ ਜੀ ਹਾਂ ਇੱਥੇ ਬੰਬ ਮਿਲਣ ਦੀ ਸੂਚਨਾ ਅਟਾਰਨੀ ਨੂੰ ਕਾਲ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਨਾਲ ਜਿਹੜਾ ਇੱਕ ਲੈਟਰ ਵੀ ਮਿਲੀ ਸੀ ਜਿਸ ਤੋਂ ਬਾਅਦ ਸੂਚਿਤ ਕੀਤਾ ਜਾਂਦਾ ਹੈ ਅਤੇ ਮੌਕੇ ਦੇ ਉੱਤੇ ਫਟਾਫਟ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਾ ਕਰਦੇ ਹਾਂ ਐਕਸ਼ਨ ਮੋਡ ਦੇ ਵਿੱਚ ਜਿੱਥੇ ਕਿ ਪ੍ਰਸ਼ਾਸਨ ਨਜ਼ਰ ਆ ਰਿਹਾ ਹੈ ਉੱਥੇ ਹੀ ਐਕਸ਼ਨ ਮੋਡ ਦੇ ਵਿੱਚ ਬੰਬ ਸਕੁਐਡ ਦੀਆਂ ਟੀਮਾਂ ਹੋਣ ਜਾਂ ਫਿਰ ਰੈਸਕਿਊ ਟੀਮਾਂ ਹੋਣ ਇਹ ਸਭ ਟੀਮਾਂ ਜਿਹੜੀਆਂ ਪਹੁੰਚ ਚੁੱਕੀਆਂ ਨੇ ਤਲਾਸ਼ੀ ਮੁਹਿੰਮ ਜਿਹੜੀ ਆ ਜਾਰੀ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸਕਾਈ ਨਿਊਜ਼ ਪੰਜਾਬ ਦੇ ਉੱਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸੈਕਟਰ 43 ਦੀਆਂ ਬੇਹੱਦ ਅਹਿਮ ਤੇ ਚਿੰਤਾ ਦਾ ਵਿਸ਼ਾ ਕਿਉਂਕਿ 26 ਜਨਵਰੀ ਬਿਲਕੁਲ ਨੇੜੇ ਹੈ ਮਹਿਜ 2 ਦਿਨ ਹੀ ਬਾਕੀ ਰਹਿ ਗਏ ਨੇ 26 ਜਨਵਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਸ ਸਟੈਂਡ ਹੋਣ ਜਾਂ ਫਿਰ ਅਜਿਹੀਆਂ ਕਈ ਪਬਲਿਕ ਪਲੇਸਿਸ ਜਿਹੜੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਹੀ ਖੁਫੀਆ ਏਜੰਸੀਆਂ ਦੇ ਵੱਲੋਂ ਜਿੱਥੇ ਕਿ ਅਲਰਟ ਜਾਰੀ ਕੀਤਾ ਜਾਂਦਾ ਹੈ ਤੇ ਈਗਲ
ऑपरेशन ईगल चलाए जाते हैं। गल की जाए पंजाब के जड़े नवे डीजीपी ने गौरव यादव उन्होंने वालों भी ऑपरेशन ईगल चलाया जा रहा थां थां दे उत्ते तलाशी मुहिम जिहड़ी आ ओह जारी की गई है। वक्खो वक्खरे पद्धर दे उत्ते जिहड़ियां जिन्नियां भी पब्लिक प्लेसिस हुंदियां ने उत्ते पूरी तरीके दे नाल लोकां तों पुछगिछ की जा रही है। इसे दे नाल नाल जिहड़ा समान की चैकिंग की जा रही है। पर जहे दे विच इह सूचना मिलना वह भी खास तौर दे उत्ते सिटी ब्यूटीफुल जां फिर कह लईए पंजाब दी धड़कण चंडीगढ़ दे विच तां उस वेले इह चीज़ां होर अहम ते गंभीर हो जांदियां ने। हालांकि इसमें लैके होर की कुछ वड्डा एक्शन लिया जाएगा जां फिर इसमें लैके होर की अलर्ट, क्योंकि खुफिया एजेंसियों के वालों कुछ दिन पहले ही अलर्ट जिवें स्काई न्यूज़ पंजाब दे वालों उस वेले भी थोड़े नाल खबर सांझी की गई सी कि जिस किस तरीके दे नाल तस्वीर जिहड़ियां ने वह सामने आईयां सी। खुफिया एजेंसियों के वालों अलर्ट जारी किया गया सी। उस तो बाद इस अलर्ट के चलदियां ही थां थां दे उत्ते चैकिंग जिहड़ी होर वधा दित्ती गई सी। हालांकि अमूमन चैकिंग जिहड़ी कीती जांदी है 26 जनवरी होवे 15 अगस्त होवे जां जिहे जिन्ने भी प्रोग्राम हुंदे ने तां कि कोई शरारती जड़ाया वो किसी अनसुखावी घटना अंजाम देने दे किसी तरह भी कह सकते हैं कि कामयाब ना हो जाए। तो इस हालांकि इस सूचना की भी जेकर गल की जाए तो हजे तक एक बार फिर तो जिक्र कर रहे हैं कि किसी तरह की कोई सिक्योरिटी तो नहीं दसी जा रही है। पर अजे एक वड्डी खबर जरूर सामने आ रही है तो निशाने के उत्ते जिहड़ियां अदालतां दसियां जा रही ने कि पंजाब दीयां अदालतां निशाने के उत्ते ने ते हैप्पी मलेरिया दे कोल भी पुछगिछ दे आधार दे उत्ते अलर्ट जिहड़ा जारी किया गया सी। हैप्पी मलेरिया अतवादियों के विच काउंट किया जाता है। तो कोर्ट कंपलैक्स की सूचना यानी कोर्ट कंपलैक्स की जिहड़ी सुरक्षा इंतजाम ने उसनु होर ज़्यादा वधा दिता गया है। तो कई अदालतां भी इस मामले के विच शामिल हो सकते, यानी कह सकते हाँ कि कई अदालतों के उत्ते हमले हो सकते हैं, जो कि खबर निकल के सामने आ रही है। इस वेले एक्सक्लूसिव तस्वीर भी थोड़े नाल साझा कर रहे हैं। तो एक्सक्लूसिव खबर जरूर है, वड्डी खबर जरूर है, अहम तो गंभीर चिंता का विषय भी है। इस दसया जा रहा है कि कई अदालतां जिहड़ियां ने निशाने के उत्ते ने, तो कई अदालतां निशाने के उत्ते दसण के नाल नाल कई जिहड़े अतवादी ने जां देश विरोधी अंसर ने उन्हां तों पुछगिछ होर ज़्यादा जिहड़ी आ तेज़ कर दी गई है। तो मौके दीआं तस्वीरां थोड़े नाल साझियां कीतियां जा रही ने स्काई न्यूज़ पंजाब दे उत्ते। स्काई न्यूज़ पंजाब दे जरिए थोड़े नाल खबर सांझी कीती जा रही है। चंडीगढ़ सैक्टर 43 जिथे कि बंब मिलन की सूचना प्राप्त होंदी है, जिस तों बाद एक्शन मोड दे विच प्रशासन ते बंब सिक्योर दीआं टीमां रेस्क्यू टीमां पहुंचदियां ने ते तलाशी मुहिम जारी की जाती है। तो खाली करवा दी जाती है ये इमारत, जिस तों बाद कितें ना कितें सहम का माहौल जरूर देखण नूं मिलता है। उस वेले जिवें ही कोई होर अपडेट सामने आउंदी है तुहाडे नाल जरूर साझी किए जाए। होर नवीं ताज़ी अपडेट जानने के लिए तुम जुड़े रहो स्काई न्यूज़ पंजाब के नाल। इस वेले की वड्डी अहम खबर जिहड़ी कि तुहाडे नाल साझी की गई है सैक्टर 43 चंडीगढ़ जिथे कि अपोजिट साइड्स के उत्ते एक साइड के उत्ते 43 बस स्टैंड है। तो इसे दे नाल नाल जिहड़ा है 43 बस स्टैंड के नाल कोर्ट है, तो कोर्ट खाली करवा दी गई है। उस वेले दी तस्वीर मौके दी तस्वीर तुहाडे नाल स्काई न्यूज़ पंजाब के जरिए साझियां की जा रही ने। तो निशाने के उत्ते दसया जा रहा है कि पंजाब दीआं अदालतां ने होर जिवें ही कोई अपडेट सामने आती है तो इस बाबत भी थोड़े नाल जरूर जानकारी साझी की जाएगी। तो लगातार कह सकते हाँ कि सूबे का माहौल जिथे खराब हुंदा होया नज़र आ रहा है। तो देश विरोधी अंसर जिहड़े ने उह देश का माहौल खराब करने दे विच कामयाब होंदे हुए नज़र आ रहे हैं। हालांकि नकेल भी उन्नी ही पद्धर के उत्ते जिहड़ी है कसण की कोशिश की जा रही है। गल की जाए खास तौर के उत्ते सूबे पंजाब की तो गैंगस्टरवाद धमकियां देना फरौतियां मंगना तो इस शरेआम गोलियां चलाना इसनों लैके वड्डे वड्डे वादे तो दावे सरकार दे वल्लों जरूर किए जा रहे हैं। पर यह लगातार बदस्तूर चीज़ा जिहड़ियां ने बरकरार नज़र आ रही ने। इत्थे ही दूजे पासे जिहड़ा आ वक्खो वक्खरे पद्धर के उत्ते कई एक्ट लगा के कई धारावां लगा के जिहड़ा आ वड्डे पद्धर के उत्ते पुछगिछ की जा रही है। तलाशी मुहिम जिहड़ी आ शुरू की गई है। तलाशी मुहिम के नाल नाल वड्डे पद्धर के उत्ते चैकिंगा कीतियां जा रही हैं, रेड कीतियां जांदियां ने वक्खो इक्को वेले कई टिकाने जिहड़े कि कई गैंगस्टर ने उन्हां दे टिकाणियां दे उत्ते जाके रेड की जाती है। तो इस दे नाल नाल सूबे का माहौल कह सकते हैं इसनों लैके जिथे कि प्रशासन अते सरकार लगातार सवाल दे घेरे दे विच खड़े हुंदे ने। पर कह सकते हैं कि सिर्फ तो सिर्फ जिम्मेवार नहीं ठहराया जा सकता, क्योंकि अपने पद्धर के उत्ते जरूर
ਵੱਡੀਆਂ ਕਾਰਵਾਈਆਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਵੀ ਤੇ ਇਸ ਤੋਂ ਇਲਾਵਾ ਜਿਹੜੇ ਵੱਡੇ ਪੱਧਰ ਦੇ ਉੱਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸ ਵੇਲੇ ਦੀ ਅਹਿਮ ਖਬਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ 26 ਜਨਵਰੀ ਨੂੰ ਮੈਚ 2 ਦਿਨ ਬਾਕੀ ਰਹਿ ਗਏ ਨੇ ਤਾਂ ਉਸ ਤੋਂ ਪਹਿਲਾਂ ਸੈਕਟਰ 43 ਦੇ ਵਿੱਚ ਅਜਿਹੀਆਂ ਤਸਵੀਰਾਂ ਸਾਹਮਣੇ ਆਉਣੀਆਂ ਤੇ ਕੋਰਟ ਖਾਲੀ ਕਰਵਾ ਦੇਣਾ ਜਾਂ ਫਿਰ ਬੰਬ ਦੀ ਸੂਚਨਾ ਮਿਲਣਾ ਤੇ ਇਸ ਤੋਂ ਬਾਅਦ ਸੂਚਨਾ ਮਿਲਣ ਦੇ ਨਾਲ ਨਾਲ ਯਾਨੀ ਕਾਲ ਆਉਣਾ ਤੇ ਲੈਟਰ ਮਿਲਣਾ ਬੇਹੱਦ ਅਹਿਮ ਤੇ ਗੰਭੀਰ ਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਇਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਵੱਖੋ ਵੱਖਰੇ ਪੱਧਰ ਦੇ ਉੱਤੇ ਟੀਮਾਂ ਪਹੁੰਚ ਗਈਆਂ ਨੇ, ਰੈਸਕਿਊ ਜਿਹੜਾ ਜਾਰੀ ਹੈ। ਜਿਵੇਂ ਹੀ ਹੋਰ ਕੋਈ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਇਸ ਵੇਲੇ ਜ਼ਰੂਰ ਸਾਂਝੀ ਕੀਤੀ ਜਾਵੇਗੀ। ਪਰ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਜ਼ਰੂਰ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਕੋਰਟ ਕੰਪਲੈਕਸ ਦੇ ਉੱਤੇ ਨਿਸ਼ਾਨੇ